ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਪਿਆਰਿਆ, ਜੇ ਬਾਣੀ ਪੜ੍ਹਦੇ ਆ ਮਨ ਨਹੀਂ ਨਾ ਲੱਗਦਾ, ਵਿਕਾਰ ਆ ਕੇ ਤੈਨੂੰ ਗੇਰ ਲੈਂਦੇ ਨੇ, ਢਾ ਲੈਂਦੇ ਨੇ, ਵਿਆਕੁਲ ਕਰ ਦਿੰਦੇ ਨੇ, ਵਿਖਾਦ ਕਿਹੜਾ ਕਰ ਦਿੰਦੇ ਨੇ। ਤੇ ਧਿਆਨ ਦੇਣਾ, ਜਿਹੜਾ ਹਥਿਆਰ ਅਸੀਂ ਵਰਤਿਆ ਤੂੰ ਵੀ ਵਰਤ ਕੇ ਦੇਖੀ ਜੀਵਨ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ, ਅਸੀਂ ਤੇ ਇਹ ਜਾਣਦੇ ਹਾਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਹਥਿਆਰਾਂ ਦੀ ਗੱਲ, ਸ਼ਸਤਰ ਦੀ ਗੱਲ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਆਰੰਭ ਹੁੰਦੀ ਹੈ। ਪਰ ਸਾਹਿਬ ਜੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਤੇ ਬਾਣੀ ਕੇ ਬਹੁਤ ਸ਼ਾਂਤੀ ਦੇ ਪੁੰਜ ਆਖਿਆ ਗਿਆ ਹੈ, ਆਪ ਜੀ ਨੇ ਕਿਹੜੇ ਹਥਿਆਰ ਰੱਖੇ ਸਨ? ਬੋਲੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਰੱਖੇ ਸੀ ਹਥਿਆਰ ਅੰਦਰ ਜੂਝਣ ਵਾਸਤੇ। ਅੰਦਰ ਵੀ ਇੱਕ ਜੰਗ ਚੱਲਦੀ ਹੈ, ਅੰਦਰ ਨਾ ਤਰਵਾਲ ਕੰਮ ਕਰਦੀ ਹੈ ਨਾ ਬੰਦੂਕ ਦੀ ਗੋਲੀ ਕੰਮ ਕਰਦੀ ਹੈ। ਅੰਦਰ ਨਾ ਕੋਈ ਬਾਹਰ ਦਾ ਕਿਸੇ ਧਾਤੂ ਦਾ ਬਣਿਆ ਹੋਇਆ ਸ਼ਸਤਰ ਕੰਮ ਕਰਦਾ ਹੈ। ਪਿਆਰਿਓ, ਜੇ ਆਪਣੇ ਜੀਵਨ ਵਿੱਚ ਆਉਣ ਵਾਲੇ ਵਿਕਾਰਾਂ ਦਾ ਟਾਕਰਾ ਕਰਨਾ ਹੈ ਤੇ ਸਾਡੇ ਵਾਲਾ ਸ਼ਸਤਰ ਤੁਸੀਂ ਵੀ ਵਰਤ ਲਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗਰੀਬੀ ਗਦਾ ਹਮਾਰੀ, ਗਦਾ ਕਹਿੰਦੇ ਗੁਰਜ ਨੂੰ, ਕਹਿੰਦੇ ਸਾਡੇ ਹੱਥ ਵਿੱਚ ਮਨ ਦੀ ਨਿਮਰਤਾ ਤੇ ਗਰੀਬੀ ਦੀ ਗਦਾ ਹੈ। ਦੂਜਾ ਸ਼ਸਤਰ ਵੀ ਮਹਾਰਾਜ ਨੇ ਦੱਸਤਾ, ਖੰਨਾ, ਖੰਨੇ ਤੋਂ ਭਾਵ ਖੰਡਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖੰਨਾ ਸਗਲ ਰੇਣ ਸ਼ਾਰੀ, ਕਹਿੰਦੇ ਮੈਂ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਲਿਆ, ਇਹ ਮੇਰੇ ਹੱਥਾਂ ਵਿੱਚ ਖੰਡਾ ਫੜਿਆ ਹੋਇਆ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਸਾਰਿਆਂ ਦੇ ਚਰਨਾਂ ਦੀ ਧੂੜ ਨਹੀਂ ਬਣਿਆ ਜਾਂਦਾ, ਬੜਾ ਔਖਾ ਹੈ। ਗੁਰੂ ਦੇ ਚਰਨਾਂ ਦੀ ਧੂੜ ਬਣਨਾ ਕੋਈ ਔਖਾ ਨਹੀਂ। ਧਿਆਨ ਦੇਣਾ, ਸਾਡਾ ਗੁਰੂ ਹੈ ਹੀ ਇੰਨਾ ਮਹਾਨ ਜਿਹਦੀ ਬਰਾਬਰੀ ਤੇ ਕੋਈ ਖੜਿਆ ਨਜ਼ਰ ਨਹੀਂ ਆਉਂਦਾ। ਆਪਾਂ ਗੁਰੂ ਦੇ ਚਰਨਾਂ ਦੀ ਧੂੜ ਮੰਗ ਲਵਾਂਗੇ, ਬਣ ਜਾਵਾਂਗੇ, ਚੁੱਕ ਕੇ ਮੱਥੇ ਲਾ ਲਵਾਂਗੇ, ਸਮਝੋ ਬੇਨਤੀ। ਉਸ ਤੋਂ ਬਾਅਦ ਉਹ ਗੁਰੂ ਦਾ ਪਿਆਰਾ ਜਿਸਨੇ ਆਪਣੇ ਜੀਵਨ ਨੂੰ ਗੁਰੂ ਦੇ ਹੁਕਮ ਅਨੁਸਾਰ ਢਾਲਿਆ ਹੈ, ਕਮਾਇਆ ਹੈ। ਵੈਸੇ ਤੇ ਦੌਰ ਹੁਣ ਇਸ ਪਾਸੇ ਨੂੰ ਨਹੀਂ ਜਾਂਦਾ, ਪਰ ਕਿਤੇ ਨਾ ਕਿਤੇ ਕੋਈ ਜੀਵਨ ਦਾ ਕਿਣਕਾ ਜਿਨ੍ਹਾਂ ਦੇ ਅੰਦਰ ਬਚਿਆ, ਉਹ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਵੀ ਚੁੱਕ ਕੇ ਮੱਥੇ ਨਾਲ ਲਾਉਂਦੇ ਆ, ਸੰਗਤ ਦੀ ਚਰਨ ਧੂੜ ਵੀ ਮੱਥੇ ਨਾਲ ਲਾਉਂਦੇ ਆ। ਬੋਲੋ ਵਾਹਿਗੁਰੂ ਵਾਹਿਗੁਰੂ। ਇਹ ਵੀ ਕਾਰਜ ਬਹੁਤਿਆਂ ਤੋਂ ਹੋ ਜਾਂਦਾ ਹੈ, ਸੰਗਤ ਦੀ ਚਰਨ ਧੂੜ ਵੀ ਬਹੁਤੇ ਲੈ ਲੈਂਦੇ ਨੇ। ਗੁਰਸਿੱਖਾਂ ਦੀ ਚਰਨ ਧੂੜ ਦੀ ਗੱਲ ਵੀ ਬਾਣੀ ਨੇ ਕੀਤੀ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਉਹਨਾਂ ਦੀ ਚਰਨ ਧੂੜੀ ਵੀ ਆਪਾਂ ਲੈ ਲੈਂਦੇ ਹਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਨਾ ਰੁਕੀ, ਅੱਗੇ ਵੀ ਜਾਣਾ ਹੈ। ਧਿਆਨ ਦੇਣਾ, ਅੱਗੇ ਕਿੱਥੇ ਜਾਣਾ? ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਗੁਰੂ ਦੇ ਚਰਨ ਦੀ ਧੂੜ, ਸੰਗਤ ਦੇ ਚਰਨਾਂ ਦੀ ਧੂੜ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਲੈਣ ਵਾਲਿਆ, ਮੈਂ ਤੇ ਇਹ ਚਾਹੁੰਦਾ ਹਾਂ ਕਿ ਤੂੰ ਸਾਰੀ ਦੁਨੀਆ ਦੇ ਚਰਨਾਂ ਦੀ ਧੂੜ ਬਣੀ, ਨਫ਼ਰਤ ਕਿਸੇ ਨਾਲ ਨਾ ਕਰੀ। ਧਿਆਨ ਦੇਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਨਾ, ਹੋ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਭਨਾ ਸ਼ਬਦ ਵਰਤਾ ਮਹਾਰਾਜ ਜੀ ਨੇ, ਸਾਰਿਆਂ ਨੂੰ ਆਪਣੇ ਤੋਂ ਚੰਗਾ ਜਾਣ,
ਜੇ ਕਿਸੇ ਨੂੰ ਸਮਝਾਉਣਾ ਵੀ ਹੈ, ਕਿਸੇ ਨੂੰ ਉਪਦੇਸ਼ ਵੀ ਦੇਣਾ, ਕਿਸੇ ਨੂੰ ਸਿੱਖਿਆ ਵੀ ਦੇਣੀ ਹੈ, ਤਾਂ ਇਹ ਜਾਣ ਕੇ ਨਾ ਦੇਈਂ ਕਿ ਤੂੰ ਮੇਰੇ ਤੋਂ ਨੀਵਾਂ ਹੈ। ਧਿਆਨ ਦੇਣਾ, ਤੂੰ ਮੇਰੇ ਤੋਂ ਥੱਲੇ ਹੈ। ਬਸ ਆਪਣੇ ਆਪ ਨੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਾ ਕੇ ਰੱਖ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਇਹ ਖੰਡਾ ਫੜ ਆਪਣੇ ਹੱਥ ਵਿੱਚ, ਤੇ ਕਾਮ ਕਰੋ ਲੋ ਮਹੰਕਾਰ ਦੀਆਂ ਬੁਰਿਆਈਆਂ ਦਾ ਟਾਕਰਾ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਤੇਰੇ ਕੋਲ ਇਹ ਸ਼ਸਤਰ ਆ ਗਿਆ ਨਾ, ਤੇ ਤੈਨੂੰ ਦਾਅਵੇ ਨਾਲ ਕਹਿੰਦੇ ਹਾਂ, ਇਸ ਆਗੈ ਕੋ ਨਾ ਟਿਕੈ ਵਿਕਾਰੀ, ਗੁਰਪੂਰੈ ਇਹ ਗੱਲ ਸਾਰੀ। ਜਦੋਂ ਤੇਰੇ ਹਰ ਦੇ ਵਿੱਚ, ਤੇਰੇ ਮਨ ਵਿੱਚ, ਤੇਰੀ ਸੁਰਤ ਵਿੱਚ ਗਰੀਬੀ ਵਸ ਗਈ, ਉਸ ਦਿਨ ਤੇਰੇ ਜੀਵਨ ਦੇ ਵਿੱਚ ਵਿਕਾਰ ਜਿਹੜੇ ਤੈਨੂੰ ਸਤਾਉਂਦੇ ਨੇ, ਉਹ ਤੇਰਾ ਸਾਹਮਣਾ ਨਹੀਂ ਕਰ ਪਾਉਣਗੇ, ਤੈਨੂੰ ਛੱਡ ਕੇ ਚਲੇ ਜਾਣਗੇ। ਸੋ ਆਓ ਗੁਰਮੁਖੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕਰਦੇ ਹਾਂ, ਨਾਮ ਦਾ ਜ਼ਿਕਰ ਆਉਂਦਾ ਹੈ। ਕਿੰਨਾ ਨਾਮ ਨਾਲ ਪਿਆਰ ਕੀਤਾ ਗੁਰੂ ਪਾਤਸ਼ਾਹ ਜੀ ਨੇ। ਇਹ ਨਹੀਂ ਆਖਿਆ ਮੈਂ ਭੋਜਨ ਤੋਂ ਬਿਨਾਂ ਨਹੀਂ ਜੀ ਸਕਦਾ, ਇਹ ਨਹੀਂ ਆਖਿਆ ਮੈਂ ਕੱਪੜੇ ਤੋਂ ਬਿਨਾਂ ਨਹੀਂ ਜੀ ਸਕਦਾ, ਇਹ ਨਹੀਂ ਆਖਿਆ ਕਿ ਮੈਂ ਲੋਕਾਂ ਦੀ ਭੀੜ ਤੋਂ ਬਿਨਾਂ ਨਹੀਂ ਜੀ ਸਕਦਾ। ਕੀ ਆਖਿਆ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸੱਚਾ ਨਾ।